ਨਮਸਕਾਰ ਸਸਵੇਕਾਲ ਤੁਸੀਂ ਦੇਖ ਰਹੇ ਹੋ ਸਬਤੋ ਪਰ ਉਸੇ ਮੰਦਤ ਤੇ ਪੰਜਾਬ ਹਰਣਾ ਹਿਮਾਚਲ ਅਤੇ ਜੰਮੂ ਕਸ਼ਮੀਰ ਦਾ ਨੰਬਰ 1 ਨਿਊਜ਼ ਚੈਨਲ ਜੀ ਪੰਜਾਬ ਹਰਣਾ ਹਿਮਾਚਲ ਮੈਂ ਹਾਂ ਤੁਹਾਡੇ ਨਾਲ ਗੌਰਵ ਸ਼ੁਕਲਾ ਹਾਜ਼ਰ ਹਾਂ ਮੁੱਦੇ ਦੀ ਬਾਤ ਲੈ ਕੇ ਚੋਣਾ ਦਾ ਰੌਲਾ ਤੁਹਾਨੂੰ ਆਪਣੇ ਘਰ ਦੇ ਵਿੱਚ ਬੈਠੇ ਜਾਂ ਫਿਰ ਇਲਾਕੇ ਦੇ ਵਿੱਚ ਖੂਬ ਸੁਣਾਈ ਦੇ ਰਿਹਾ ਹੋਵੇਗਾ ਹਰ ਲੰਘਦੇ ਦਿਨ ਦੇ ਨਾਲ ਸਿਆਸੀ ਪਾਰਟੀਆਂ ਦੀ ਸਰਗਰਮੀ ਵਿਵਾਦੀ ਨਜ਼ਰ ਆ ਰਹੀ ਹੋਣੀ ਹੈ ਤੇ ਚੁਣ ਸਮੀਕਰਨ ਰੋਜ਼ਾਨਾ ਬਦਲਦੇ ਦਿਖਦੇ ਨੇ ਕਿਤੇ ਕਿਸੇ ਆਗੂ ਦੀ ਐਂਟਰੀ ਦਾ ਇੰਤਜ਼ਾਰ ਹੈ ਤਾਂ ਕਿਤੇ ਕਿਸੇ ਸਿਆਸੀ ਆਗੂ ਦੇ ਵੱਲੋਂ ਦੂਜੀ ਪਾਰਟੀ ਦਾ ਲੜਫੜਿਆ ਚੱ ਰਿਹਾ ਹੈ ਤੇ ਕਿਤੇ ਲੋਕਾਂ ਤੱਕ ਪਹੁੰਚਣ ਦੀ ਕਵਾਇਦ ਸਿਆਸੀ ਪਾਰਟੀਆਂ ਦੇ ਵੱਲੋਂ ਛੇੜੀ ਗਈ ਹੈ ਮੁੱਦੇ ਕੀ ਬਾਤ ਦੇ ਵਿੱਚ ਅਚਰਚਾ ਕਾਂਗਰਸ ਦੇ ਪੋਸਟਰ ਦੀ ਜਿਸ ਤੇ ਨਵਜੋਤ ਸਿੰਘ ਸਿੱਧੂ ਨਜ਼ਰ ਆ ਰਹੇ ਨੇ ਸਿੱਧੂ ਦੀ ਕਾਂਗਰਸ ਦੇ ਵਿੱਚ ਐਂਟਰੀ ਤੋਂ ਪਹਿਲਾਂ ਪੋਸਟਰਾਂ ਦੇ ਵਿੱਚ ਐਂਟਰੀ ਹੋ ਚੁੱਕੀ ਹੈ ਮਾਇਨੇ ਕੀ ਨੇ ਗੱਲ ਕਰਾਂਗੇ ਦੂਜੇ ਪਾਸੇ ਆਮ ਆਦਮੀ ਪਾਰਟੀ ਚ ਇੱਕ ਹੋਰ ਆਗੂ ਵੱਖ ਹੋਇਆ ਹੈ ਗੱਲ ਨਵੀਂ ਨਹੀਂ ਪਰ ਇਲਜ਼ਾਮ ਵੀ ਨਵੇਂ ਨਹੀਂ ਅਦਾਲਤੀ ਵਾਲਾ ਵੀ ਆਮ ਆਦਮੀ ਪਾਰਟੀ ਚੋਂ ਬਾਹਰ ਆਇਆ ਤਾਂ ਪਾਰਟੀ ਵੱਲੋਂ ਟਿਕਟਾ ਵੇਚਣ ਦੇ ਇਲਜ਼ਾਮ ਲਾਏ ਉਧਰ ਬੀਜਪੀ ਨੇ ਹੁਣ ਚੋਣ ਮੁਹਿੰਮ ਛੇੜ ਦਿੱਤੀ ਹੈ ਚੋਣਾ ਸੂਬੇ ਦੀਆਂ ਨੇ ਪਰ ਪੰਜਾਬ ਬੀਜਪੀ ਦਾ ਅੰਦਾਜ਼ ਕੇਂਦਰੀ ਲੀਡਰਸ਼ਿਪ ਵਾਲਾ ਹੈ ਜੀਹਾਂ ਰੱਖ ਯਾਤਰਾ ਰੱਖ ਯਾਤਰਾ ਦੇ ذریعے ਹੀ ਬੀਜਪੀ ਆਪਣੇ ਹਿੱਸੇ ਆਉਂਦੇ ਹਲਕਿਆਂ 'ਚ ਲੋਕਾਂ ਤੱਕ ਪਹੁੰਚ ਕਰ ਰਹੀ ਹੈ ਮੁੱਦੇ ਕੀ ਬਾਤ ਦੇ ਵਿੱਚ ਚਰਚਾ 2017 ਦੇ ਚੋਣ ਦੰਗਲ ਦੀ ਜਿਆਚੋਂ ਦੰਗਲ 2017 ਦਾ ਦੰਗਲ ਅੱਜ ਕੱਲ ਬਹੁਤ ਜ਼ਿਕਰ ਹੋ ਰਿਹਾ ਇਸ ਸ਼ਬਦ ਦਾ ਤੇ ਦੰਗਲ ਪਖਿਆ ਹੋਇਆ ਤੇ ਇਸ ਉਚਾਲੇ ਰੋਜ਼ਾਨਾ ਸਿਆਸੀ ਸਮੀਕਰਨ ਬਦਲਦੇ ਵੀ ਨਜ਼ਰ ਆ ਰਹੇ ਨੇ ਤਿੰਨ ਤਸਵੀਰਾਂ ਅੱਜ ਵੀ ਅਸੀਂ ਦਿਖਾਉਣ ਜਾ ਰਹੇ ਹਾਂ ਤੁਹਾਡੀ ਟੀਵੀ ਸਕਰੀਨ ਤੇ ਨਵਜੋਤ ਸਿੰਘ ਸਿੱਧੂ ਦੀ ਰਸਮੀ ਤੌਰ ਤੇ ਬੇਸ਼ਕ ਕਾਂਗਰਸ ਦੇ ਵਿੱਚ ਐਂਟਰੀ ਨਹੀਂ ਹੋਈ ਹੈ ਪਰ ਕਾਂਗਰਸ ਦੇ ਪੋਸਟਰਾਂ ਦੇ ਵਿੱਚ ਸਿੱਧੂ ਦੀ ਐਂਟਰੀ ਜ਼ਰੂਰ ਹੋ ਚੁੱਕੀ ਹੈ ਤੇ ਨਵਜੋਤ ਕੌਰ ਸਿੱਧੂ ਨੇ ਸਾਫ਼ ਕੀਤਾ ਹੈ ਕਿ ਮਿਸਟਰ ਸਿੱਧੂ ਜਾਂ ਫਿਰ ਮਿਸਿਸ ਸਿੱਧੂ ਯਾਨੀ ਕਿ ਉਹ ਖੁਦ ਜਾਂ ਫਿਰ ਨਵਜੋਤ ਸਿੰਘ ਸਿੱਧੂ ਦੋਨਾਂ ਦੇ ਵਿੱਚੋਂ ਇੱਕ ਹੀ ਅਗੂ ਚੋਣ ਲੜੇਗਾ ਦੂਜੇ ਪਾਸੇ ਆਮ ਆਦਮੀ ਪਾਰਟੀ ਚ ਬਗਾਵਤ ਦਾ سلسلہ ਨਹੀਂ ਰੁਕ ਰਿਹਾ ਤੇ ਹੁਣ ਬਗਾਵਤ ਦੇਖਣ ਨੂੰ ਮਿਲੀ ਹੈ ਪਟਿਆਲਾ ਤੋਂ ਜਿੱਥੇ ਆਮ ਆਦਮੀ ਪਾਰਟੀ ਦੇ ਅਗੂ ਰਹੇ ਹਰਜੀਤ ਸਿੰਘ ਅਦਾਲਤੀ ਵਾਲਾ ਨੇ ਅਕਾਲੀ ਦਲ ਦਾ ਲੜਫੜ ਲਿਆ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਅਦਾਲਤੀ ਵਾਲਾ ਪਟਿਆਲਾ ਤੋਂ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਦੀ ਟਿਕਟ ਉੱਤੇ ਲੜ ਚੁੱਕੇ ਨੇ ਉਧਰ ਪਾਰਟੀ ਦੇ ਟਿਕਟਾਂ ਵਿਚਣ ਦਾ ਇਲਜ਼ਾਮ ਉਹਨਾਂ ਦੇ ਵੱਲੋਂ ਲਗਾਇਆ ਗਿਆ ਤੀਜੀ ਤਸਵੀਰ ਸੂਬੇ ਵਿੱਚ ਬੀਜੇਪੀ ਦੀ ਸਰਗਰਮੀ ਨੂੰ ਜ਼ਾਹਰ ਕਰ ਰਹੀ ਹੈ ਬੀਜੇਪੀ ਦੇ ਵੱਲੋਂ ਸੰਕਲਪ ਯਾਤਰਾ ਦਾ ਆਗਾਜ਼ ਕੀਤਾ ਗਿਆ ਜੋ ਕਿ ਉਹਨਾਂ ਸਾਰੇ 23 ਵਿਧਾਨ ਸਭਾ ਹਲਕਿਆਂ 'ਚ ਜਾਵੇਗੀ ਜਿੱਥੇ-ਇੱਥੇ ਬੀਜੇਪੀ ਵਿਧਾਨ ਸਭਾ ਚੋਣਾਂ 'ਚ ਆਪਣੇ ਉਮੀਦਵਾਰ ਉਤਾਰਦੀ ਹੈ ਇਸ ਸੰਕਲਪ ਯਾਤਰਾ 8 ਜਨਵਰੀ ਨੂੰ ਅੰਮ੍ਰਿਤਸਰ 'ਚ ਸਮਾਪਤ ਹੋਵੇਗੀ ਤੇ ਹੁਸੈਨੀਵਾਲਾ ਤੋਂ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਇਸ ਦੌਰਾਨ ਪੰਜਾਬ ਬੀਜੇਪੀ ਮੁਖੀ ਵੱਲੋਂ ਜ ਅਕਾਲੀ ਭਾਜਪਾ ਗੜ ਜੋੜਦੀ ਹੈ ਟ੍ਰਿਕ ਦਾ ਜੋਨ ਪ੍ਰਚਾਰ ਇਸ ਲਈ ਸ਼ੁਰੂ ਕੀਤਾ ਹੈ ਕਿ ਸੀਟ ਸਾਡੇ ਦੋਨਾਂ ਚੋ ਇੱਕ ਨੂੰ ਮਿਲ ਰਹੀ ਹੈ ਐਂਡ ਜੁਆਇਨਿੰਗ ਦਾ ਰਾਹੁਲ ਗਾਂਧੀ ਤੇ ਅਮਰਿੰਦਰ ਜੀ ਜਦੋਂ ਮਿਲਣਗੇ ਉਹਨਾਂ ਦੀ ਮੀਟਿੰਗ ਹੋਏਗੀ ਉਸ ਤੋਂ ਬਾਅਦ ਹੀ ਡਿਸਾਈਡ ਹੋਏਗਾ ਕਿਉਂਕਿ ਹਾਈ ਲੈਵਲ ਤੇ ਕਦੋਂ ਜੁਆਇਨ ਕਰਵਾਣਾ ਹੈ ਉਹ ਉਹਨਾਂ ਦਾ ਪ੍ਰਰੋਗੇਟਿਵ ਹੈ ਸੋ ਜਦੋਂ ਜੁਆਇਨ ਕਰਨਗੇ ਮੈਂ ਇਹ ਕਹਾਂ ਵੀ ਹਾਂ ਜੁਆਇਨ ਕਰਨਗੇ ਲੜਨਗੇ ਵਿਧਾਨ ਸਭਾ ਤੱਕ ਡੈਫੀਨਿਟਲੀ ਮੈਂ ਆਪਣੀ ਸੀਟ ਦੂੰਗੀ ਬੁਝਾਈ ਕਿ ਉਹ ਹੋਰ ਕਿਤੇ ਜਾਣਿਆ ਸੀ ਡਬਲ ਲੜੀਏ ਉਹ ਨਹੀਂ ਹੋਏਗਾ ਪਹਿਲਾਂ ਤਾਂ ਟਿਕਟਾਂ ਵੇਚੀਆਂ ਕੋਈ ਵੀ ਬੰਦਾ ਮਤਲਬ ਸਾਬਤ ਕਰ ਦੇ ਬਿਨਾਂ ਪੈਸੇ ਤੋਂ ਟਿਕਟ ਲਈ ਹੋਵੇ ਮੇਰੇ ਕੋਲ ਰਿਕਾਰਡਿੰਗ ਹੈ ਜੇ ਤੁਸੀਂ ਚਾਹੋ ਮੈਂ ਹੁਣ ਵੀ ਦਿਖਾ ਸਕਦਾ ਪਹਿਲਾਂ ਤਾਂ ਮੈਨੂੰ ਟਿਕਟ ਤੋਂ ਇਗਨੋਰ ਕੀਤਾ ਗਿਆ ਜੀ ਅਸੀਂ ਬੜਾ ਤਗੜਾ ਬੰਦਾ ਤੁਹਾਡੇ ਹਲਕੇ ਦੇ ਵਿੱਚ ਲਿਆ ਰਹੇ ਹਾਂ ਫਿਰ ਉਸ ਤੋਂ ਬਾਅਦ ਮੇਰੇ ਕੋਲ ਆ ਕੇ ਬੰਦੇ ਕਹਿੰਦੇ ਜੀ ਜੇ ਤੁਸੀਂ 1 ਕਰੋੜ 25 ਲੱਖ ਰੁਪਇਆ ਦੇ ਦਿਓ ਤੇ ਅਸੀਂ ਤੁਹਾਨੂੰ ਟਿਕਟ ਦਾ ਇੰਤਜ਼ਾਮ ਕਰ ਸਕਦੇ ਦੇ ਸਕਦੇ ਹਾਂ ਮੈਂ ਉਹਨਾਂ ਨੂੰ ਕਿਹਾ ਵੀ ਠੀਕ ਹੈ ਮੈਂ ਪੈਸੇ ਦੇਣ ਨੂੰ ਤਿਆਰ ਹਾਂ ਤੁਸੀਂ ਮੈਨੂੰ ਟਿਕਟ ਦਿਓ ਉਹ ਕਹਿੰਦੇ ਜੀ ਠੀਕ ਹੈ ਕਿੱਥੋਂ ਮੰਗਦੇ ਹੋ ਟਿਕਟ ਮੈਂ ਕਿਹਾ ਤੁਸੀਂ ਕਿੱਥੋਂ ਕਿੱਥੋਂ ਦੇ ਸਕਦੇ ਹੋ ਉਹ ਕਹਿੰਦੇ ਜ ਮੇਰੇ ਨੇੜੇ ਰਾਜਪੁਰਾ ਸੀ ਮੈਂ ਕਿਹਾ ਵੀ ਰਾਜਪੁਰੇ ਤੋਂ ਮੈਨੂੰ ਟਿਕਟ ਦੇ ਦਿਓ ਉਹ ਕਹਿੰਦੇ ਜੀ ਠੀਕ ਹੈ 1 ਕਰੋੜ 25 ਲੱਖ ਦਾ ਤੁਸੀਂ ਇੰਤਜ਼ਾਮ ਕਰ ਲਓ ਅਸੀਂ ਤੁਹਾਨੂੰ ਟਿਕਟ ਦੇ ਦਿੰਦੇ ਆ ਮੈਂ ਰਿਕਾਰਡਿੰਗ ਸੁਲਾ ਸਕਦਾ ਤਾਂ ਮੈਂ ਕਿਹਾ ਵੀ ਠੀਕ ਹੈ ਜੀ ਮੈਂ ਉਹਨਾਂ ਨੂੰ ਲਾਰੇ ਲੱਪੇ 2-4 ਦਿਨ ਲਗਾ ਕੇ ਹਰ ਰੋਜ਼ ਉਹਨਾਂ ਦੀ ਰਿਕਾਰਡਿੰਗ ਕਰਦਾ ਰਿਹਾ ਦਿੱਲੀ ਤੋਂ ਮੇਰੇ ਕੋਲ ਬੰਦੇ ਆਏ ਅਸੀਂ ਇਹ ਯਾਤਰਾ ਸੀ ਕਰ ਰਹੇ ਹਾਂ ਪੰਜ ਸਾਲਾਂ ਤੋਂ ਸੰਕਲਪ ਲੈ ਰਹੇ ਹਾਂ ਕਿ ਆਉਣ ਵਾਲੀਆਂ ਜਿਹੜੀਆਂ 2017 ਦੀਆਂ ਚੋਣਾਂ ਦੇ ਵਿੱਚ ਅਸੀਂ ਵੱਡੀ ਗਿਣਤੀ ਦੇ ਵਿੱਚ ਕਿਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਦੇ ਸਾਰੇ ਸਾਰੇ ਗੁੰਨ ਆਪਣਾ ਵੱਡੀ ਕੀਰਤੀ ਦੇ ਵਿੱਚ ਉਹਨਾਂ ਦਾ ਸਾਥ ਦੇ ਕੇ 2017 ਦੇ ਵਿੱਚ ਅਸੀਂ ਤੀਸਰੀ ਵਾਰ ਤੀਸਰੀ ਵਾਰ ਸਰਕਾਰ ਬਣਾ ਕੇ ਅਸੀਂ ਨਵਾਂ ਕੀ ਕੀ ਮਾਸਤ ਕਰਾਂਗੇ ਜੋਨ ਪ੍ਰਚਾਰ ਇਸ ਲਈ ਸ਼ੁਰੂ ਕੀਤਾ ਹੈ ਕਿ ਸੀਟ ਸਾਡੇ ਦੋਨਾਂ ਚੋਂ ਇੱਕ ਨੂੰ ਮਿਲ ਰਹੀ ਹੈ ਐਂਡ ਜੁਆਇਨਿੰਗ ਦਾ ਰਾਹੁਲ ਗਾਂਧੀ ਤੇ ਅਮਰਿੰਦਰ ਜੀ ਜਦੋਂ ਮਿਲਣਗੇ ਉਹਨਾਂ ਦੀ ਮੀਟਿੰਗ ਹੋਏਗੀ ਸੀ ਉਸ ਤੋਂ ਬਾਅਦ ਹੀ ਡਿਸਾਈਡ ਹੋਏਗਾ ਕਿਉਂਕਿ ਹਾਈ ਲੈਵਲ ਤੇ ਤਾਂ ਤਿੰਨਾਂ ਚ ਸਵੀਆਂ ਸੀ ਤੁਹਾਨੂੰ ਦਿਖਾਈਆਂ ਉਤਸੁਕਤਾ ਇਸ ਤਸਵੀਰਾਂ ਦੇ ਵਿੱਚ ਸੀ ਨਵਜੂਤ ਸਿੰਘ ਸਿੱਧੂ ਨੂੰ ਲੈ ਕੇ ਇਲਜ਼ਾਮ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਤੇ ਨਾਲ ਹੀ ਮੁਹਿੰਮ ਸਰਗਰਮੀ ਹੈ ਬੀਜੇਪੀ ਦੀ ਸਬਦੇ ਉਤੇ ਚਰਚਾ ਹੋਏਗੀ ਪਰ ਕੁਝ ਸਵਾਲ ਜਿਨ੍ਹਾਂ ਉਤੇ ਕੇਂਦ੍ਰਿਤ ਸਾਡੀ ਅੱਜ ਦੀ ਚਰਚਾ ਰਹੇਗੀ ਸਭ ਤੋਂ ਪਹਿਲਾਂ ਉਹਨਾਂ ਸਵਾਲਾਂ ਉਤੇ ਇੱਕ ਨਜ਼ਰ ਸਵਾਲ ਸਭ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਨਾਲ ਜੁੜਿਆ ਹੋਇਆ ਹੈ ਕਿ ਪੰਜਾਬ ਚ ਕਾਂਗਰਸ ਦੇ ਪੋਸਟਰ ਚ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਦੇ ਕੀ ਮਾਇਨੇ ਨੇ ਕੀ ਮਾਇਨੇ ਕੱਢੇ ਜਾ ਸਕਦੇ ਨੇ ਕਿਉਂਕਿ ਐਂਟਰੀ ਹੁਣ ਤੱਕ ਰਸਮੀ ਤੌਰ ਉਤੇ ਅਫੀਸ਼ੀਅਲ ਜਿਸ ਨੂੰ ਤੁਸੀਂ ਕਹਿ ਸਕਦੇ ਹੋ ਕਿ ਉਹ ਨਹੀਂ ਹੋਈ ਹੈ ਕਾਂਗਰਸ ਚ ਪਰ ਪੋਸਟਰਾਂ ਦੇ ਵਿੱਚ ਸਿੱਧੂ ਨਜ਼ਰ ਆਉਣ ਲੱਗੇ ਨੇ ਇਸ ਦੇ ਨਾਲ ਹੀ ਜ਼ਿਕਰ ਆ ਮਾਦਮੀ ਪਾਰਟੀ ਦਾ ਵੀ ਹੋਣਾ ਬਣਦਾ ਹੈ ਅੱਜ ਦਾ ਦਿਨ ਉਹਨਾਂ ਦੇ ਲਈ ਇੱਕ ਰਹਾ ਟਿਕਟ ਵੇਚਣ ਦੇ ਤੱਥਾਂ ਦੇ ਨਾਲ ਇਲਜ਼ਾਮ ਕਿੰਨੇ ਗੰਭੀਰ ਨੇ ਕਿਉਂਕਿ ਆਗੂ ਦੇ ਵੱਲੋਂ ਅਦਾਲਤੀ ਵਾਲਾ ਜੋ ਆਗੂ ਨੇ ਹਉਣ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਉਹਨਾਂ ਕੋਲ ਪੁਖਤਾ ਸਬੂਤ ਨਹੀਂ ਜੋ ਤੱਥਾਂ ਦੇ ਨਾਲ ਇਲਜ਼ਾਮ ਨੇ ਉਹ ਕਿੰਨੇ ਗੰਭੀਰ ਨੇ ਇਸ ਦੇ ਨਾਲ ਹੀ ਚਰਚਾ ਭਾਜਪਾ ਦੀ ਵੀ ਹੋਵੇਗੀ ਭਾਜਪਾ ਦੀ ਸਰਗਰਮੀ ਦੇ ਮayne ਕੀ ਨੇ ਕਿ ਪੰਜਾਬ ਚ ਭਾਜਪਾ ਦੀ ਸੰਕਲਪ ਯਾਤਰਾ ਚੋਂ ਦੰਗਲ ਦੇ ਵਿੱਚ ਕਿੰਨੀ ਪ੍ਰਭਾਵਸ਼ਾਲੀ ਕਿੰਨੀ ਪ੍ਰਭਾਵਸ਼ਾਲੀ ਹੋਵੇਗੀ 23 ਸੀਟਾਂ ਤੇ ਜਾਂ ਫਿਰ ਕਹੇ ਕਿ ਅਕਾਲੀ ਭਾਜਪਾ ਗੜਜੋੜ ਦੇ ਲਈ ਪੂਰੀਆਂ 117 ਸੀਟਾਂ ਤੇ ਕਿਉਂਕਿ ਭਾਜਪਾ ਬੇਸ਼ੱਕ 23 ਤੇ ਲੜਦੀ ਹੈ 23 ਸੀਟਾਂ ਤੇ ਲੜਦੀ ਹੈ ਪਰ ਹੋ ਸਕਦਾ ਹੈ ਕਿ ਵੋਟ ਆਧਾਰ ਪੂਰੀਆਂ ਸੀਟਾਂ ਤੇ ਹੋਵੇ ਉਸ ਦੇ ਨਾਲ ਹੀ ਦਰਸ਼ਕਾਂ ਤੋਂ ਜੋ ਸਵਾਲ ਹੈ ਜ਼ਿਕਰ ਉਸ ਦਾ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਅੱਜ ਸਵਾਲ ਪੁੱਛ ਰਹੇ ਹਾਂ ਕਿ ਹੱਥ ਦੇ ਨਾਲ ਨਵਜੋਤ ਸਿੰਘ ਸਿੱਧੂ ਦਾ ਪੋਸਟਰ ਕਾਂਗਰਸ ਦੇ ਵਿੱਚ ਸ਼ਮੂਲੀਅਤ ਦੀ ਤਸਦੀਕ ਕਰਦਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਇੱਕ ਪੋਸਟਰ ਸਾਹਮਣੇ ਆਣਾ ਕੀ ਹੈ ਸ਼ਮੂਲੀਅਤ ਦੀ ਤਸਦੀਕ ਹੈ ਇਜ਼ਤਤੇ ਤੁਸੀਂ ਆਪਣੀ ਰਾਏ ਦੇ ਸਕਦੇ ਹੋ ਯੈਸ ਦੇ ਲਈ ਟਾਈਪ ਕਰੋ ਜ਼ਪੀਐਚਐਚ ਸਪੇਸ ਜੀ ਨਹੀਂ ਦੇ ਲਈ ਜ਼ਪੀਐਚਐਚ ਸਪੇਸ ਜੀ ਕੇ ਐਨ ਇਸ ਨੂੰ ਪੇਜ ਦਿਓ 57 57 5 ਉੱਤੇ ਇਸ ਦੇ ਨਾਲ ਇਸਨੂੰ ਕਾਲ ਵੀ ਕਰ ਸਕਦੇ ਹੋ ਨੰਬਰ ਤੁਹਾਡੀ ਟੀਵੀ ਸਕਰੀਨ ਤੇ ਆ ਰਿਹਾ ਤੇ ਨੈਕਸਟ ਸੈਗਮੈਂਟ ਦੇ ਵਿੱਚ ਤੁਹਾਡੇ ਨਾਲ ਗੱਲ ਹੋਵੇਗੀ ਸ਼ੁਰੂਆਤ ਕਰਦੇ ਹਾਂ ਆਪਣੇ ਹੀ ਅੱਜ ਦੀ ਇਸ ਚਰਚਾ ਦੀ ਤੇ ਮਹਿਮਾਨ ਵਕਫ ਵਕ ਸਿਆਸੀ ਪਾਰਟੀਆਂ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾ ਦਈਏ ਕਿ ਸਾਡੇ ਨਾਲ ਅੱਜ ਕਿਹੜੇ ਕਿਹੜੇ ਮਹਿਮਾਨ ਜੁੜ ਰਹੇ ਨੇ ਵਿਨਰਜੀਤ ਸਿੰਘ ਗੋਲਡੀ ਨੇ ਸਾਡੇ ਨਾਲ ਅਕਾਲੀ ਦਲ ਤੋਂ ਗੋਲਡੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਡਾਕਟਰ ਰਾਜਕਮਰ ਵੀਰਕਾ ਨੇ ਅੰਮ੍ਰਿਤਸਰ ਤੋਂ ਸਾਡੇ ਨਾਲ ਜੁੜ ਰਹੇ ਨੇ ਕਾਂਗਰਸ ਨੂੰ ਰੁਪrezent ਕਰਨਗੇ ਵੀਰਕਾ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਤੇ ਸਾਡੇ ਨਾਲ ਹਰਜੀਤ ਸਿੰਘ ਗਰੇਵਾਲ ਜੀ ਨੇ ਜੋ ਕਿ ਭਾਜਪਾ ਨੂੰ ਰਿਪਰੈਜ਼ੈਂਟ ਕਰਨਗੇ ਗਰੇਵਾਲ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਤੇ ਆਪਣਾ ਪੰਜਾਬ ਪਾਰਟੀ ਤੋਂ ਹਰਦੀਪ ਸਿੰਘ ਕਿੰਗਰਾ ਜੀ ਸਿੱਧਾ ਸਵਾਲ ਇਹ ਹੈ ਕਿ ਇਹ ਪੋਸਟਰ ਸਿੱਧੂ ਸਾਹਿਬ ਦੇ ਨੇ ਜਾਂ ਮੈਡਮ ਸਿੱਧੂ ਦੇ ਨੇ ਜਾਂ ਫਿਰ ਕਾਂਗਰਸ ਦੇ ਨੇ ਜਾਂ ਫਿਰ ਮੈਂ ਆਪਣੇ ਸ਼ਬਦਾਂ ਨੂੰ ਬਦਲਾਂ ਕਿ ਇਹ ਇੱਕ ਉਮੀਦਵਾਰ ਦਾ ਪੋਸਟਰ ਹੈ ਜਾਂ ਫਿਰ ਪਾਰਟੀ ਦਾ ਪੋਸਟਰ ਹੈ ਤੁਸੀਂ ਸਾਰੀਆਂ ਗੱਲਾਂ ਨੂੰ ਇਕੱਠਿਆਂ ਵੀ ਕਰ ਸਕਦੇ ਹੋ ਗੌਰਵ ਜੀ ਪਹਿਲੀ ਗੱਲ ਇਹ ਹੈ ਕਿ ਜੇ ਜਿੱਥੋਂ ਤੱਕ ਸਿੱਧੂ ਸਾਹਿਬ ਦਾ ਸਵਾਲ ਹੈਗਾ ਜੀ ਉਹ ਸਿੱਧੂ ਸਾਹਿਬ ਜੋੜਾ ਮੀਆਂ ਬੀਬੀ ਉਹਨਾਂ ਦਾ ਪਰਿਵਾਰ ਹੁਣ ਕਾਂਗਰਸ ਦਾ ਪਰਿਵਾਰ ਕਹਿਲਾ ਰਿਹਾ ਹੈ ਔਰ ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਸਿਰਫ ਰਸਮੀ ਐਲਾਨ ਹੋਣਾ ਬਾਕੀ ਹੈ ਔਰ ਉਹ ਕਾਂਗਰਸ ਦੇ ਵਿੱਚ ਸਿਧਾਂਤਕ ਤੌਰ ਦੇ ਉੱਪਰ ਉਹਨਾਂ ਦੀ ਸਮੂਲੀਅਤ ਹੋ ਚੁੱਕੀ ਹੋਈ ਹੈ ਹੁਣ ਤਾਂ ਸਿਰਫ ਵਕਤ ਉਸ ਗੱਲ ਦਾ ਹੈਗਾ ਕਿ ਉਹ ਔਰ ਰਾਹੁਲ ਜੀ ਗਾਂਧੀ ਜੀ ਔਰ ਕੈਪਟਨ ਅਮਰਿੰਦਰ ਸਿੰਘ ਜੀ ਉਹ ਬੜੀ ਜਲਦੀ ਹੀ ਇੱਕ ਉਹ ਉਹਨਾਂ ਉਹਨਾਂ ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਸਾਰੀਆਂ ਚੀਜ਼ਾਂ ਤੋਂ ਅਦਨੁ ਕਰਨਗੇ ਲੇਕਿਨ ਮੈਂ ਇਹ बार-बार ਕਹਿਣਾ ਚਾਹੁੰਦਾ ਕਿ ਇਹ ਇੱਕ ਨਵਜੋਤ ਸਿੰਘ ਸਿੱਧੂ ਔਰ ਨਵਜੋਤ ਕੋਰ ਸਿੱਧੂ ਉਹ ਕਾਂਗਰਸ ਦੀ ਫੈਮਿਲੀ ਹੈ ਕਾਂਗਰਸ ਦਾ ਪਰਿਵਾਰ ਹੈ ਇਹ ਜਿਹੜਾ ਪੋਸਟਰ ਦੇ ਉੱਪਰ ਫੋਟੋ ਛਪੀ ਹੈ ਇਹ ਕੋਈ ਝੂਠੀ ਫੋਟੋ ਨਹੀਂ ਇਹ ਬਿਲਕੁਲ ਸਹੀ ਫੋਟੋ ਹੈ ਬੀਰਕਾ ਸਾਹਿਬ ਡੇਟ ਦੱਸ ਸਕਦੇ ਹੋ ਨਵਜੋਤ ਸਿੰਘ ਸਿੱਧੂ ਕਦੋਂ ਆਉਣਗੇ ਮੈਂ ਤੁਹਾਨੂੰ ਬੇਨਤੀ ਇਹ ਕੀਤੀ ਹੈ ਕਿ ਬਸ ਬੜੀ ਜਲਦੀ ਹੀ ਤੁਸੀਂ ਦੇਖੋਗੇ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਭਈ ਕਾਂਗਰਸ ਪਾਰਟੀ ਇਹਦਾ ਬਾਰ-ਬਾਰ ਮੈਂ ਇਹਦੇ ਤੇ ਉੱਪਰ ਚਾਰ ਬਾਰੀ ਬਿਆਨ ਦੇ ਚੁੱਕਾ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਅੰਦਰ ਹੈਗੇ ਆ ਔਰ ਬੜੀ ਜਲਦੀ ਹੀ ਮੈਂ ਤੁਹਾਨੂੰ ਇਹ ਕਿਹਾ ਕਿ ਉਹਦਾ ਇੱਕ ਰਸਮੀ ਐਲਾਨ ਹੋਣਾ ਆ ਉਹ ਜਿਸ ਵਕਤ ਰਾਹੁਲ ਗਾਂਧੀ ਜੀ ਕੈਪਟਨ ਅਮਰਿੰਦਰ ਸਿੰਘ ਜੀ ਬੜੀ ਜਲਦੀ ਹੀ ਉਹ ਉਹ ਇੱਕ ਕੁਝ ਦਿਨਾਂ ਦੇ ਵਿੱਚ ਇਹ ਇਹਦਾ ਪਲਾਨ ਕਰ ਰਹੇ ਆ ਠੀਕ ਹੈ ਥੋੜਾ ਜਲਦੀ ਹੋਵੇਗਾ ਡੇਟ ਅਨੁਸਾਰੀ ਹੈ ਠੀਕ ਹੈ ਵੀਰਕਾ ਸਾਹਿਬ ਮਸੀਤ ਨੂੰ ਕੋ ਵਾਪਸ ਆਵਾਂਗੇ ਗੋਲਦੀ ਸਾਹਿਬ ਕਿਸ ਤਰ੍ਹਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਦੀ ਤੁਸੀਂ ਸ਼ਮੂਲੀਅਤ ਨੂੰ ਦੇਖ ਰਹੇ ਹੋ ਤੁਸੀਂ ਤਸਦੀਕ ਸਮਝਦੇ ਹੋ ਕਿ ਹੋ ਚੁੱਕੀ ਹੈ ਜਾਂ ਫਿਰ ਇਸ ਨੂੰ ਬੈਕ ਡੋਰ ਐਂਟਰੀ ਵੀ ਦੇਖਿਆ ਜਾਵੇ ਕਿਉਂਕਿ ਇਹ ਬਿਲਕੁਲ ਫੁੱਲ ਫਲੈਜ ਸਾਹਮਣੇ ਫਿਲਹਾਲ ਤਾਂ ਨਹੀਂ ਆਇਆ ਕਿ ਰਸਮੀ ਐਲਾਨ ਖੋਦ ਗੈਰੇ ਨੇ ਵੀਰਕਾ ਸਾਹਿਬ ਕੀ ਨਹੀਂ ਹੋਇਆ ਹਜ ਤੱਕ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਦਾ ਨਵਜੋਤ ਸਿੰਘ ਸਿੱਧੂ ਦਾ ਗੌਰਵ ਜੀ ਇੱਕ ਪੰਜਾਬੀ ਦਾ ਸ਼ਬਦ ਆਪਾਂ ਆਮ ਹੀ ਕਹਿੰਦੇ ਆ ਭੰਬਲ ਪੂਸਾ ਸੋ ਭੰਬਲ ਪੂਸੇ ਦਾ ਦੂਸਰਾ ਨਾਮ ਹੈ ਸਿੱਧੂ ਜੋੜੀ ਸੋ ਇਹਨਾਂ ਦਾ ਕੰਮ ਹੀ ਇਹ ਹੈ ਇਹਨਾਂ ਨੇ ਕਦੇ ਉਹ ਕਿਸੇ ਪਾਸੇ ਬਿਆਨ ਦਿੰਦੇ ਨੇ ਉਹ ਕਿਸੇ ਪਾਸੇ ਬਿਆਨ ਦਿੰਦੇ ਨੇ ਜੋ ਇੱਕ ਸਟੈਂਡ ਹੈ ਮੈਂ ਇੱਕ ਗੱਲ ਕਹਿਣੀ ਚਾਹਣਾ ਜੇ ਭਾਜਪੀ ਨੇ ਨਵਜੋਤ ਸਿੰਘ ਸਿੱਧੂ ਨੂੰ ਭਾਜਪੀ ਨੇ ਨਵਜੋਤ ਕੌਰ ਸਿੱਧੂ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪੀ ਦੀ ਸਰਕਾਰ ਨੇ ਜੋ ਮਾਨ ਸਤਕਾਰ ਨਵਜੋਤ ਸਿੱਧੂ ਪਰਿਵਾਰ ਨੂੰ ਦਿੱਤਾ ਉਹ ਸ਼ਾਇਦ ਕਿਤੇ ਉਹਨਾਂ ਨੂੰ ਮਿਲ ਨਹੀਂ ਸਕਦਾ ਪਰੰਤੂ ਉਹ ਇਹ ਗੱਲ ਫੀਲ ਵੀ ਕਰਦੇ ਨੇ ਹਲੇ ਵੀ ਸਿੱਧੂ ਸਾਹਿਬ ਦਾ ਕੁਝ ਨਹੀਂ ਪਤਾ ਮੌਕੇ ਦੇ ਆ ਕੇ ਕਹਿਦਾਂ ਵੀ ਮੁੜ ਕੇ ਜੀ ਚਲੋ ਛੱਡੋ ਆਪਾਂ ਦਾ ਇਹ ਨਹੀਂ ਹੈਗਾ ਮੇਰੀ ਤਾਂ ਵਾਈਫ ਹੀ ਜਾਊਗੀ ਸੋ ਇਹਨਾਂ ਦਾ ਕੁਝ ਨਹੀਂ ਪਤਾ ਭੰਬਲ ਪੂਸੇ ਦਾ ਦੂਸਰਾ ਨਾਂ ਜਿਹੜਾ ਹੈ ਸਿੱਧੂ ਪਰਿਵਾਰ ਹੈ ਸੋ ਇਸ ਕਰਕੇ ਇਹ ਗੱਲਾਂ ਜਿਹੜੀਆਂ ਨੇ ਹਲੇ ਜਦੋਂ ਰਸਮੀ ਐਲਾਨ ਹੋਊਗਾ ਉਦੋਂ ਗੱਲ ਕਰਾਂਗੇ ਵੀ ਕੀ ਹੋਣਾ ਇਸ ਚੀਜ਼ ਅ ਗਰੇਵਾਲ ਸਾਹਿਬ ਇਸ ਪੋਸਟਰ ਨੂੰ ਕਿਸ ਤਰ੍ਹਾਂ ਨਾਲ ਦੇਖ ਰਹੀ ਹੈ ਬੀਜੇਪੀ ਤੁਹਾਡੇ ਪੁਰਾਣੇ ਆਗੂ ਨਵੀਂ ਪਾਰਟੀ 'ਚ ਕਿਸੇ ਸ਼ਾਮਲ ਨਹੀਂ ਹੋਏ ਪਰ ਨਵੀਂ ਪਾਰਟੀ ਦੇ ਪੋਸਟਰ ਜ਼ਰੂਰ ਆ ਚੁੱਕੇ ਨੇ ਜਿੱਥੇ ਨਵਜੋਤ ਸਿੰਘ ਸਿੱਧੂ ਦੀ ਤਸਵੀਰ ਲੱਗੀ ਹੋਈ ਹੈ ਤੇ ਵੀਰਕਾ ਸਾਹਿਬ ਕਹਿ ਰਹੇ ਨੇ ਕਿ ਰਸਮੀ ਐਲਾਨ ਬਾਕੀ ਹੈ ਸਭ ਬਾਕੀ ਸਭ ਕੁਝ ਹੋ ਚੁੱਕਾ ਹੈ ਇਸ ਤਰ੍ਹਾਂ ਸਿੱਧੂ ਸਾਹਿਬ ਦੀ ਆਪਣੀ ਕੋਈ ਆਡਾਇਲੋਜੀ ਨਹੀਂ ਹੈ ਵੀਰਕਾ ਸਾਹਿਬ ਸਾਡੇ بڑے ਭਰਾ ਨੇ ਉਹਨਾਂ ਨੇ ਕਿਹਾ ਉਹਨਾਂ ਨੂੰ ਇੱਜ਼ਤ ਮਾਨ ਦਿੱਤਾ ਬੜੀ ਅੱਛੀ ਗੱਲ ਆ ਉਹ ਪਹਿਲੀ ਗੱਲ ਤਾਂ ਇਹ ਜਦੋਂ ਉਹ ਭਾਜਪਾ ਦੇ ਅੰਦਰ ਸੀ ਉਸ ਵੇਲੇ ਕਾਂਗਰਸ ਲਈ ਜੋ-ਜੋ ਕਹਿੰਦੇ ਸੀ ਉਹ ਇਲੈਕਸ਼ਨ ਦੌਰਾਨ ਅਸੀਂ ਲੋਕਾਂ ਦੇ ਸਾਹਮਣੇ ਲਿਆਉਣਾ ਉਹ ਵੀ ਪਤਾ ਲੱਗ ਜਾਣਾ ਜੋ ਰਾਹੁਲ ਗਾਂਧੀ ਨੇ ਟਿੱਪਣੀਆਂ ਕਰਦੇ ਸੀ ਜੋ ਸੋਨੀਆ ਲਾਲੀ ਜੀ ਲਈ ਕਰਦੇ ਸੀ ਜਾਂ ਬਾਕੀ ਕੈਪਟਨ ਅਮਰਿੰਦਰ ਲਈ ਕਰਦੇ ਸੀ ਔਰ ਦੂਸਰੀ ਗੱਲ ਜਿਹੜੀ ਆ ਫਿਰ ਆਵਾਜ਼ੇ ਪੰਜਾਬ ਕੀ ਸੀ ਫਿਰ ਆਮ ਆਦਮੀ ਪਾਰਟੀ ਨਾਲ ਜਦੋਂ ਗੱਲਬਾਤ ਚੱਲਦੀ ਸੀ ਜਾਣਦੀ ਉਹ ਕੀ ਸੀ ਜੇ ਉਹ ਕਾਂਗਰਸੀ ਪਰਿਵਾਰ ਹੁੰਦਾ ਕਾਂਗਰਸ ਮਾਈਂਡਡ ਹੁੰਦਾ ਗਰੇਵਾਲ ਸਾਹਿਬ ਬੀਜਪੀ ਤਾਂ ਵੱਖੋ ਕੇ ਆਈਡੀਓਲੋਜੀ ਖਤਮ ਹੋ ਗਈ ਜਾਂ ਫਿਰ ਪਹਿਲਾਂ ਹੀ ਨਹੀਂ ਸੀ ਕਹਿਣਾ ਕਿ ਕੀ ਗਰੇਵਾਲ ਸਾਹਿਬ ਬੀਜਪੀ ਤਾਂ ਵੱਖੋ ਕੇ ਫਿਰ ਆਈਡੀਓਲੋਜੀ ਖਤਮ ਹੋ ਗਈ ਜਾਂ ਪਹਿਲਾਂ ਹੀ ਨਹੀਂ ਸੀ ਨਹੀਂ 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 ਪਹਿਲਾਂ ਵੀ ਉਹ ਨਾ ਬੀਜੇਪੀ ਦੀ ਏਡਾਇਓਲੋਜੀ ਦੇ ਸੀ ਜੇ ਬੀਜੇਪੀ ਦੀ ਏਡਾਇਓਲੋਜੀ ਦੇ ਹੁੰਦੇ ਤਾਂ ਬੀਜੇਪੀ ਨੂੰ ਕਦੇ ਛੱਡ ਕੇ ਕੋਈ ਜਾਂਦਾ ਹੀ ਨਹੀਂ ਜੇ ਚਲਿਆ ਜਾਵੇ ਤਾਂ ਉਹ ਵਾਪਸ ਵੀ ਆਉਣਾ ਹੁਣ ਦੇਖੋ ਮੈਂ ਇੱਕ ਗੌਰਵ ਜੀ ਤੁਹਾਨੂੰ ਗੱਲ ਦੱਸਦਾ ਬੀਜੇਪੀ ਚ ਅਸੀਂ ਉਹਨਾਂ ਦੀ ਵਾਈਫ ਨੂੰ ਵੀ ਸੀਪੀਐਸ ਬਣਾ ਰੱਖਿਆ ਸੀ ਐਮਐਲਏ ਬਣਾ ਰੱਖਿਆ ਸੀ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਤੇ ਇੱਧਰ ਜਾ ਕੇ ਇੱਕ ਸੀਟ ਤੇ ਲੜਾਂਗੇ ਇੱਕ ਛੱਡਾਂਗੇ ਕਾਹ ਕਰਾਂਗੇ ਕੀ ਗੱਲਾਂ ਕਰਨੀਆਂ ਉਹਨਾਂ ਨੂੰ ਪੈਰੀਆਂ ਜੇ ਉਹਨਾਂ ਦੀ ਆਪਣੀ ਪਾਰਟੀ ਹੁੰਦੀ ਤਾਂ ਭਾਜਪਾ ਉਹਨਾਂ ਦੀ ਆਪਣੀ ਪਾਰਟੀ ਸੀ ਜਿਹਨੇ ਉਹਨਾਂ ਨੂੰ ਇੰਨਾ ਸਤਕਾਰ ਦਿੱਤਾ ਔਰ ਉਹਨਾਂ ਨੂੰ ਅੱਜ ਦੇਖਣਾ ਕਿ ਅਮਰਗੱਦ ਸਰ ਦੇ ਲੋਕ ਵੀ ਇਨਕਾਰ ਦੇਣਗੇ ਕਿਉਂਕਿ ਲੋਕ ਦਲ ਬਦਲਵਾਂ ਨੂੰ ਪਸੰਦ ਨਹੀਂ ਕਰਦੇ ਠੀਕ ਹੈ ਇਸ ਕਰਕੇ ਸਾਰੇ ਜਿਹੜੇ ਲੋਕ ਨੇ ਜਿਹੜੇ ਇੱਕ ਇੱਕ ਪਾਰਟੀ 'ਚ ਖੜੇ ਰਹਿੰਦੇ ਆ ਉਹਨਾਂ ਦਾ ਸਤਕਾਰ ਸਨਮਾਨ ਹੁੰਦਾ ਹਾਂ ਕਿੰਗਰਾ ਸਾਹਿਬ ਸੰdal ਨੇ ਕਿੰਗਰਾ ਸਾਹਿਬ ਕਿਸ ਸੰਨ ਦੇ ਨਾਲ ਇਸ ਪੋਸਟਰ ਨੂੰ ਤੁਸੀਂ ਦੇਖ ਰਹੇ ਹੋ ਜਾਂ ਫਿਰ ਨਵਜੋਤ ਸਿੰਘ ਸਿੱਧੂ ਦੀ ਹੁਣ ਤੱਕ ਜੋ ਐਂਟਰੀ ਨਹੀਂ ਹੋਈ ਤੇ ਰਸਮੀ ਐਲਾਨ ਤੁਸੀਂ ਕਹਿ ਸਕਦੇ ਹੋ ਕਿ ਹੋਣਾ ਬਾਕੀ ਹੈ ਆਪਣਾ ਪੰਜਾਬ ਪਾਰਟੀ ਇਸ ਪੂਰੀ ਘਟਨਾਕ੍ਰਮ ਨੂੰ ਕਿਵੇਂ ਦੇਖ ਲਈਏ ਕਿਉਂਕਿ ਲੰਬੇ ਵੇਲੇ ਤੋਂ ਇਹ ਚਰਚਾ ਹੁੰਦੀ ਆਈ ਹੈ ਆਪਣਾ ਪੰਜਾਬ ਪਾਰਟੀ ਦੇ ਨਾਲ ਵੀ ਚਰਚਾ ਹੋ ਰਹੀ ਸੀ ਕਿ ਨਵਜੋਤ ਸਿੰਘ ਸਿੱਧੂ ਆਪਣਾ ਪੰਜਾਬ ਪਾਰਟੀ ਦੇ ਨਾਲ ਵੀ ਗੱਲਬਾਤ ਕਰ ਰਹੇ ਹਨ ਆਵਾਜ਼ੇ ਪੰਜਾਬ ਇੱਕ ਪੂਰਾ ਫਰੰਟ ਨਿਕਲ ਕੇ ਸਾਹਮਣੇ ਆ ਸਕਦਾ ਉਹ ਵੀ ਨਹੀਂ ਹੋਇਆ ਕਾਂਗਰਸ ਦੇ ਨਾਲ ਸ਼ਾਮਲ ਹੋਣ ਦੀਆਂ ਚਰਚਾਵਾਂ ਨੇ ਹਜ ਤੱਕ ਨਹੀਂ ਹੋਇਆ ਹਾਲਾਂਕਿ ਰਸਮੀ ਐਲਾਨ ਹੀ ਕੀਤਾ ਜਾ ਰਿਹਾ ਹੈ ਗੌਰਵ ਜੀ ਜਿੱਥੋਂ ਤੱਕ ਨਵਜੋਤ ਸਿੰਘ ਸਿੱਧੂ ਦਾ ਸਵਾਲ ਹੈ ਇਹ ਨਵਜੋਤ ਸਿੰਘ ਸਿੱਧੂ ਦੀਆਂ ਛਾਲਾਂ ਵੇਖ ਕੇ ਕਦੇ ਆਮ ਆਦਮੀ ਪਾਰਟੀ ਨੇ ਵੀ ਚੰਗਰਾ ਮਾਰੀਆਂ ਸੀ ਇੱਕ ਬੜੇ ਚੰਗਰਾ ਮਾਰੀਆਂ ਸੀ ਆ ਗਿਆ ਓਏ ਆ ਗਿਆ ਓਏ ਆ ਗਿਆ ਸ਼ੇਰ ਆ ਗਿਆ ਆ ਗਿਆ ਆ ਗਿਆ ਆਇਆ ਹੀ ਨਹੀਂ ਕਦੇ ਇਸੇ ਤਰ੍ਹਾਂ ਇਸੇ ਤਰ੍ਹਾਂ ਇੱਕ ਆਵਾਜ਼ੇ ਪੰਜਾਬ ਸੀ ਪਤਾ ਨਹੀਂ ਉਹ ਆਵਾਜ਼ੇ ਪੰਜਾਬ ਸੀ ਉਹ ਗੂੰਗੀ ਕਿਉਂ ਹੋਗੀ ਉਦੇ ਤੰਦੂਆ ਕਿਉ ਪੈ ਗਿਆ ਵਾਸ ਦੇ ਪੰਜਾਬ ਦੇ ਉਹ ਵੀ ਸਿੱਧੂ ਸਾਹਿਬ ਦਾ ਕੰਮ ਅਹੀਂ ਖਿੱਲਰ ਖੁੱਲਰ ਗਿਆ ਜੇ ਨਹੀਂ ਅਸੀਂ ਕੰਮ ਕੀਤਾ ਸੀ ਤਾਂ ਅਸੀਂ ਨਹੀਂ ਕਦੇ ਸਿੱਧੂ ਸਾਹਿਬ ਤੇ ਆਸਾਂ ਰੱਖੀਆਂ ਸੀ ਕਿਉਂਕਿ ਸਿੱਧੂ ਸਾਹਿਬ ਨੂੰ ਸਾਰੇ ਜਾਣਦੇ ਐ ਦੂਜੀ ਗੱਲ ਇੱਕ ਹੋਰ ਬਹੁਤ ਵੱਡੀ ਹੈ ਉਹ ਆਪ ਖਲਾਸਾ ਮੇਰੇ ਵੀਰ ਹਰਜੀਤ ਕਰੇਵਾਲ ਨੇ ਕੀਤਾ ਜਿਵੇਂ ਸਹੀ ਕੀਤਾ ਤੇ ਗੋਲਡੀ ਜੀ ਨੇ ਵੀ ਸਹੀ ਕੀਤਾ ਸਿੱਧੂ ਸਾਹਿਬ ਦਾ ਖਲਾਸਾ ਇੱਕ ਹੋਰ ਗੱਲ ਹੈ ਬੜੀ ਵਧੀਆ ਇੱਥੇ ਜੇ ਸਿੱਧੂ ਵਰਗੇ ਬੰਦੇ ਨੂੰ ਪੋਸਟਰਾਂ ਤੇ ਆਪਦੀ ਫੋਟੋ ਲਵਾਉਣ ਦੀ ਲੋੜ ਹੈ ਤੇ ਫਿਰ ਸਿੱਧੂ ਦਾ ਵजूद ਕੀ ਹੈ ਇੱਥੇ ਜੇ ਸਿੱਧੂ ਵੀ ਅੱਜ ਸੋਚਦਾ ਕਿ ਸਿੱਧੂ ਨੂੰ ਕੋਈ ਜਾਣਦਾ ਨਹੀਂ ਹਾਂ ਸਿੱਧੂ ਦੀਆਂ ਚਾਲਾਂ ਨਹੀਂ ਜਾਣਦਾ ਕੋਈ ਕਿ ਕਦੇ ਆਮ ਆਦਮੀ ਪਾਰਟੀ ਚੰਗਰਾ ਮਰਵਾਉਂਦਾ ਸੀ ਕਦੇ ਆਵਾਜ਼ੇ ਪੰਜਾਬ ਬਣ ਕੇ ਬੋਲਣ ਲੱਗ ਜਾਂਦਾ ਸੀ ਤੇ ਅੱਜ ਸਿੱਧੂ ਸਾਹਿਬ ਕਹਿੰਦੇ ਆਸੀਂ ਆਵਾਜ਼ੇ ਕਾਂਗਰਸ ਹੈ ਖਬਰਾਂ ਇਹਦਾ ਵੀ ਕੋਈ ਗੱਲ ਘੁੱਟਦੇ ਮੁੜ ਕੇ ਆਵਾਜ਼ੇ ਹੋਰ ਹੀ ਬਣ ਜੇ ਕੋਈ ਇਹ ਜਾਂ ਰਾਹ ਪਏ ਜਾਣੀਏ ਜਾਂ ਵਾਹ ਪਏ ਜਾਣੀਏ ਜਿੰਨਾ ਚਿਰ ਕੁਝ ਨਿਬੜਦਾ ਨਹੀਂ ਨਾ ਗੌਰਵ ਜੀ ਉਹਨਾਂ ਚਿਰ ਕੁਝ ਕਹਿ ਨਹੀਂ ਸਕਦੇ ਆਪਾਂ ਇਹ ਸਿੱਧੂ ਪਰਿਵਾਰ ਬਾਰੇ ਅਪੇਰਕਾ ਸਾਹਿਬ ਹਜੇ ਵੀ ਸਸਪੈਂਸ ਨਜ਼ਰ ਆਉਂਦਾ ਜਿਹੜੇ ਤੁਹਾਡੇ ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂ ਨੇ ਉਹਨਾਂ ਨੇ ਕਿ ਹਜੇ ਵੀ ਕੁਝ ਨਹੀਂ ਕਹਿ ਸਕਦੇ ਕਿਉਂਕਿ ਆਮ ਆਦਮੀ ਪਾਰਟੀ ਕਾਂਗਰਸ ਆਪਣਾ ਪੰਜਾਬ ਪਾਰਟੀ ਆਵਾਜ਼ੇ ਪੰਜਾਬ ਬਹੁਤ ਕੁਝ ਹੋਇਆ ਪਿਛਲੇ 2 4 6 ਮਹੀਨਿਆਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜੋ ਪ੍ਰਤੀਕਰਮ ਜਾਂ ਫਿਰ ਜੋ ਸਟੇਟਮੈਂਟਸ ਸਾਹਮਣੇ ਆਈਆਂ ਨੇ ਗੌਰਵ ਜੀ ਮੈਂ ਇੱਕ ਬੜਾ ਸਪਸ਼ਟ ਜੀ ਗੱਲ ਕਹਿਣਾ ਚਾਹਨਾ ਕਿ ਪਹਿਲੀ ਇਹ ਗੱਲ ਕਹਿਣਾ ਚਾਹਨਾ ਹੈ ਕਿ ਭਾਰਤੀ ਜਨਤਾ ਪਾਰਟੀ ਉਹਨਾਂ ਦੇ ਉੱਪਰ ਬੁਰੀ ਤਰ੍ਹਾਂ ਡੁੱਲੀ ਹੋਈ ਸੀਗੀ ਔਰ ਜਿਸ ਵਕਤ ਮਾਮਲਾ ਤੇ ਉਦੋਂ ਵਿਗੜਿਆ ਜਦੋਂ ਉਹਨਾਂ ਨੇ ਇਸ ਗੱਲ ਵਾਸਤੇ ਕਿਹਾ ਕਿ ਪੰਜਾਬ ਦੇ ਅੰਦਰ ਪੰਜ ਤਰ੍ਹਾਂ ਦਾ ਮਾਫੀਆ ਹੈਗਾ ਔਰ ਭਾਜਪੀ ਇਸ ਗੱਲ ਦੀ ਇਨਕੁਆਇਰੀ ਕਰੇ ਔਰ ਇਸ ਤੋਂ ਵਕ ਹੋਵੇ ਉਹਨਾਂ ਨੇ ਲੈਂਡ ਮਾਫੀਆ ਦੀ ਵੀ ਗੱਲ ਕੀਤੀ ਸੈਂਡ ਮਾਫੀਆ ਦੀ ਗੱਲ ਕੀਤੀ ਡਰੱਗ ਮਾਫੀਆ ਦੀ ਗੱਲ ਕੀਤੀ ਕੇਵਲ ਮਾਫੀਆ ਦੀ ਗੱਲ ਕੀਤੀ ਔਰ ਇਹ ਜਦੋਂ ਸਾਰੀਆਂ ਚੀਜ਼ਾਂ ਦੀ ਉਹਨਾਂ ਨੇ ਗੱਲ ਜ਼ਿਕਰ ਕੀਤਾ ਜ਼ਿਕਰ ਕਰਨ ਤੋਂ ਬਾਅਦ ਉਹਨਾਂ ਨੇ ਭਾਜਪੀ ਵਾਲਿਆਂ ਨੂੰ ਕਿਹਾ ਕਿ ਭਾਈ ਮੈਨੂੰ ਲਾਲਚ ਨਹੀਂ ਮੈਂ ਪੰਜਾਬ ਦਾ ਭਲਾ ਚਾਹਨਾ ਔਰ ਉਸ ਵਕਤ ਭਾਰਤੀ ਜਨਤਾ ਪਾਰਟੀ ਦੇ ਸਭ ਤੋਂ ਵੱਡੇ ਆਗੂ ਜੀ ਜੀ ਬੀਜਪੀ ਦੇ ਅਧਿਐਕਸ਼ ਉਹਨਾਂ ਨੇ ਬਿਆਨ ਦੇ ਦਿੱਤਾ ਅਮਿਤ ਸ਼ਾਹ ਜੀ ਨੇ ਉਹਨਾਂ ਨੇ ਕਿਹਾ ਕਿ ਹਾਂ ਪੰਜਾਬ ਦੇ ਅੰਦਰ ਡਰੱਗ ਦੀ ਬਹੁਤ ਭਾਰੀ ਸਮੱਸਿਆ ਹੈ ਤੇ ਅਸੀਂ ਅੰਮ੍ਰਿਤਸਰ ਦੇ ਵਿੱਚ ਜਾ ਕੇ ਇਹ ਡਰੱਗ ਦੇ ਖਿਲਾਫ ਮਹੀਮ ਸ਼ੁਰੂ ਕਰਾਂਗੇ ਜਿਸ ਵਕਤ ਸਿੱਧੂ ਸਾਹਿਬ ਦੇ ਕਹਿੰਦੇ ਅਨੁਸਾਰ ਉੱਥੇ ਡਰੱਗ ਦੀ ਮਹਿੰਮ ਸ਼ੁਰੂ ਕਰਨ ਵਾਸਤੇ ਅਮਿਤ ਸ਼ਾਹ ਆਉਣ ਤੋਂ ਪੱਜ ਗਏ ਬਾਅਦ ਦੇ ਵਿੱਚ ਉਸ ਵਕਤ ਇਹ ਖਲਾਰਾ ਸ਼ੁਰੂ ਹੋ ਗਿਆ ਸੀਗਾ ਨਹੀਂ ਪਰ ਵਿਰਕਾ ਸਾਹਿਬ ਬੈਕ ਡੋਰ ਐਂਟਰੀਸ ਨੂੰ ਕਿਹਾ ਕਿ ਕਿਹਾ ਜਾ ਰਿਹਾ ਕਿ ਰਸਮੀ ਐਲਾਨ ਤੋਂ ਪਹਿਲਾਂ ਹੀ ਪੋਸਟਰਾਂ ਦੇ ਵਿੱਚ ਨਾਮ ਆ ਗਿਆ ਕਿਉਂ ਅਜਿਹਾ ਕਿਉਂ ਫੁੱਲ ਫਲੇਜ ਐਂਟਰੀ ਕਰਵਾਓ ਬਹੁਤ ਵੱਡਾ ਜੇਕਰ ਆਗੂ ਤੋਂ ਨਜ਼ਰ ਆਉਂਦਾ ਤਾਂ ਉਸ ਜਿਹੜੀ ਪ੍ਰੈਸ ਕਾਨਫਰੰਸ ਵੀ ਤੁਸੀਂ ਕਰਨੀ ਹੈ ਜਾਂ ਫਿਰ ਜਦੋਂ ਸਮੂਲੀਅਤ ਕਰਵਾਣੀ ਹੈ ਉਸ ਨੂੰ ਡੇਲ ਕਿਉਂ ਕਰ ਰਹੇ ਗੌਰ ਗੌਰਵ ਜੀ ਮੈਂ ਤੁਹਾਡੀ ਗੱਲ ਤੇ ਆ ਰਿਹਾ 1 ਮਿੰਟ ਲੱਗਣਾ ਸਿਰ ਇੱਕ ਇੱਕ ਸ਼ਬਦ ਤੋਂ ਬਾਅਦ ਦੁੱਤ ਤੁਹਾਡੀ ਗੱਲ ਤੋਂ ਉੱਪਰ ਆ ਠੀਕ ਹੈ ਮੈਂ ਮੈਂ ਇਹ ਗੱਲ ਇਹ ਗੱਲ ਇਸ ਲਈ ਕਹਿਣਾ ਚਾਹੁੰਦਾ ਮੈਂ ਇਹ ਗੱਲ ਇਸ ਲਈ ਕਹਿਣਾ ਚਾਹੁੰਦਾ ਕਿ ਜਿਸ ਵਕਤ ਉਹਨਾਂ ਦੇ ਮੂੰਹ 'ਚ ਲਾਲੀ ਪਪਾ ਕੇ ਰਾਜ ਸਭਾ ਦਾ ਅਗਰ ਉਹਨਾਂ ਨੂੰ ਲਾਲਚ ਹੁੰਦਾ ਤੇ ਰਾਜ ਸਭਾ ਦੀ ਸੀਟ ਉਹਨੂੰ ਲੱਤ ਨਾ ਮਾਰਦੇ ਨਵਜੋਤ ਸਿੰਘ ਸਿੱਧੂ ਔਰ ਉਹਨਾਂ ਨੇ ਕਿਹਾ ਕਿ ਪੰਜਾਬ ਮੇਰੇ ਲਈ ਪਿਆਰਾ ਹੈ ਪੰਜਾਬੀਅਤ ਮੇਰੇ ਲਈ ਪਿਆਰੀ ਹੈ ਔਰ ਉਹਨਾਂ ਨੇ ਉਹਨੂੰ ਲੱਤ ਮਾਰ ਕੇ ਛੱਡ ਕੇ ਗਏ ਆ ਔਰ ਇੱਕ ਗੱਲ ਕਹਿਣੀ ਕੀ ਬੜੀ ਬੜੀ ਆਸਾਨ ਹੈ ਕਿ ਭਈ ਉਹ ਸਿਧਾਂਤ ਦੀ ਗੱਲ ਕਰੋ ਨਾ ਪਹਿਲੇ ਸਿਧਾਂਤ ਕਿਸ ਜਗ੍ਹਾ ਤੇ ਖੜੇ ਛੋਟੇ ਜਿਹੇ ਵਿਰਖਾ ਸਾਹਿਬ ਮੈਂ ਮਾਫੀ ਚਾਹੁੰਦਾ ਹਾਂ ਦੋ ਮਿੰਟ ਜਾਈ ਰੋਕਣੇ ਮੈਨੂੰ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਣਾ ਹੋਵੇਗਾ ਪਰ ਟੋਨ ਬਦਲ ਹੀ ਜਾਂਦੀ ਹੈ ਚਾਹੇ ਸਿਆਸੀ ਪਾਰਟੀਆਂ ਦੀ ਕਿਹੜੀ ਵੀ ਸਿਆਸੀ ਪਾਰਟੀ ਹੋਵੇ ਜਦੋਂ ਇੱਕ ਆਗੂ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਜਾਂਦਾ ਹੈ ਜਾਂ ਫਿਰ ਉਹਨਾਂ ਦੀ ਪਾਰਟੀ ਦੇ ਵਿੱਚ ਆਂਦਾ ਤਾਂ ਜਿਹੜੀ ਟੋਨ ਆ ਜ਼ਰੂਰ ਬਦਲੀ ਹੋਈ ਉਸ ਆਗੂ ਵਾਸਤੇ ਨਜ਼ਰ ਆਉਂਦੀ ਹੈ ਤੇ ਸ਼ਾਇਦ ਇਹੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਤਸਵੀਰ ਇਸ ਸਮੇਂ ਪੰਜਾਬ ਦੇ ਵਿੱਚ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀ ਨਜ਼ਰ ਆ ਰਹੀ ਹੈ ਇੱਕ ਛੋਟੇ ਜਿਹੇ ਬ੍ਰੇਕ ਲਈ ਅਸੀਂ ਇੱਥੇ ਤੇ ਚਰਚਾ ਹੋਏਗੀ ਆਮ ਆਦਮੀ ਪਾਰਟੀ ਤੇ ਇੱਕ ਹੋਰ ਆਗੂ ਨੇ ਇਲਜ਼ਾਮ ਲਗਾਏ ਨੇ ਇਲਜ਼ਾਮ ਇੱਕ ਵਾਰ ਫਿਰ ਤੋਂ ਟਿਕਟ ਵੇਚਣ ਦੇ